ਤੇਰਾ ਇਤਬਾਰ ਓ ਰਾਇਆ ਕੀ ਤੇਰਾ ਇਤਬਾਰ ਤੁਰ ਜਾਵੇ ਕਰ ਰਹਿਣ ਬਸੇਰਾ ਉਜੜੇ ਫਿਰ ਸੰਸਾਰ ਵੇ ਮੇਰਾ ਤੁਰ ਜਾਵੇ ਕਰ ਰਹਿਣ ਬਸੇਰਾ ਉਜੜੇ ਫਿਰ ਸੰਸਾਰ ਅੱਜ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਗਜ਼ਲ ਗਾਇਕੀ ਦੀ ਦੁਨੀਆ ਦੇ ਇੱਕ ਸਰਮੌਰ ਗਾਇਕ ਜਗਜੀਤ ਸਿੰਘ ਹੋਰਾਂ ਨਾਲ ਇੱਕ ਵਾਰ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ। ਜਗਜੀਤ ਭਾਈ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਅ ਜੀ ਕਹਿੰਦਾ ਜ਼ਿਆਦਾ ਸੌਖੇ ਰਹਾਂਗੇ ਦੋ ਜਾਣੇ। 1978 ਤੋਂ ਅੱਜ ਤੱਕ 32 ਸਾਲ ਹੋ ਚੁੱਕੇ ਨੇ, ਤੀਆਂ ਚੱਲ ਰਹੇ ਸਾਡੀ ਸਾਂਝ ਬਣਿਆ ਨੂੰ। ਜੋ ਕੁਛ ਵੀ ਮੈਂ ਦੇਖਿਆ, ਜਿੱਦਾਂ ਨਾ ਸਿਕੰਦਰ ਨੇ ਆ ਕੇ ਦੁਨੀਆ ਫਤਿਹ ਕਰਕੇ ਐਵਰੈਸਟ 'ਤੇ ਚੜ੍ਹ ਗਿਆ, ਐਂਡ ਦੈਟਸ ਐਗਜੈਕਟਲੀ ਵਟ ਹੈਪਨ ਟੂ ਯੂ। ਸਿਕੰਦਰ ਔਰ ਮੇਰੇ 'ਚ ਫਰਕ ਇੰਨਾ ਹੈ ਕਿ ਉਹ ਫਤਿਹ ਕਰਕੇ ਵਾਪਸ ਚਲਾ ਗਿਆ, ਮੈਂ ਵਾਪਸ ਨਹੀਂ ਆਇਆ ਕਿਤੇ, ਹਾਲੇ ਤਾਈਂ ਲੜੀ ਜਾ ਰਿਹਾ ਫਤਿਹ ਹੋ ਰਹੀ। ਤੁਹਾਡੀ ਇੰਨੀ ਮੈਂ ਤੁਹਾਡਾ ਐਨਰਜੀ ਲੈਵਲ ਜਦ ਤੁਸੀਂ ਕੰਮ ਕਰਦੇ ਹੋ ਬਹੁਤ ਬੁਲੰਦ ਹੁੰਦਾ, ਤੁਸੀਂ ਨਾਲ ਦੇ ਨੂੰ ਇਨਕਰੇਜ ਕਰਦੇ, ਇਹ ਤਾਂ ਕੀ ਰਾਜ਼ ਹੈ? ਇਹ ਕਮਿਟਮੈਂਟ ਹੈ ਮੇਰੀ, ਬਸ ਮੈਂ ਹੋਰ ਸਭ ਕੁਝ ਭੁੱਲ ਜਾਣਾ ਉਸ ਵੇਲੇ ਜਦੋਂ ਸਟੇਜ 'ਤੇ ਜਾਣਾ, ਸਿਰਫ ਮੇਰਾ ਇਹ ਮੇਨ ਹੁੰਦਾ ਕਿ ਅਤੇ ਅੱਜ ਗਾਣਾ ਠੀਕ ਗਾਣਾ ਬਸ, ਬਾਕੀ ਔਰ ਗਾਣਾ ਉਹੀ ਗਾਣਾ ਜੋ ਮਨ ਨੂੰ ਠੀਕ ਲੱਗੇ, ਕਿਸੇ ਦੀ ਫਰਮਾਇਸ਼ ਕਰਕੇ ਨਹੀਂ ਗਾਣਾ ਕਿ ਇਹ ਚੱਲੇਗਾ ਇਹ ਨਹੀਂ ਚੱਲੇਗਾ, ਨਹੀਂ ਜੋ ਠੀਕ ਲੱਗ ਰਿਹਾ ਹੋਗਾ ਉਹ। ਪੰਜਾਬ ਦੀਆਂ ਜਿਹੜੀਆਂ ਬਹੁਤੀਆਂ ਤੁਹਾਡੀਆਂ ਸਾਂਝਾਂ ਨੇ ਉਹ ਜਲੰਧਰ ਨਾਲ ਜ਼ਿਆਦਾ ਜੁੜੀਆਂ, ਕਿਉਂਕਿ ਮੈਂ ਕਿਉਂਕਿ ਕਾਲਜ DAV ਕਾਲਜ ਮੈਂ ਰਿਹਾ 4 ਸਾਲ ਹੋਸਟਲ 'ਚ, ਅਤੇ ਉੱਥੇ ਹੀ ਕਾਫੀ ਅਵਾਰਾਗਰਦੀ ਕੀਤੀ ਹੈ, ਉੱਥੇ ਸਿੱਖਿਆ ਵੀ ਹੈ, ਸਭ ਐਕਸਪੀਰੀਅੰਸ ਵੀ, ਹਾਂ ਕਲਾਸ ਵੱਲੋਂ ਬੜੇ, ਇੱਕ ਕਲਾਸ 2-2 ਸਾਲ ਕੀਤੇ, ਅਤੇ ਜਲੰਧਰ ਰਿਹਾ 4 ਸਾਲ, ਫਿਰ 2 ਸਾਲ ਕੁਰੂਕਸ਼ੇਤਰ ਲੁਧਿਆਣੇ, ਕੁਰੂਕਸ਼ੇਤਰ ਲੁਧਿਆਣੇ, ਉਹ ਮੇਰਾ ਟ੍ਰਾਂਜ਼ਿਟ ਪੀਰੀਅਡ ਸੀ ਟੂ ਟੇਕ ਡਿਸੀਜ਼ਨ ਕਿ ਸਿੰਗਿੰਗ 'ਚ ਜਾਣਾ ਕੀ ਕਰਨਾ, ਕਿਉਂਕਿ ਸਾਡੇ ਬਜ਼ੁਰਗ ਤਾਂ ਕਹਿੰਦੇ ਸੀ IAS ਕੰਪੀਟੀਸ਼ਨ 'ਚ ਕਰੋ, ਤਾਂ ਮੈਂ ਕਿਹਾ ਠੀਕ ਹੈ ਕਰਦੇ ਹਾਂ, ਮੈਂ IFS ਜਾਵਾਂਗਾ ਇੰਡੀਅਨ ਫੋਰਨ ਸਰਵਿਸਿਸ, ਅਤੇ ਮੈਂ MA ਹਿਸਟਰੀ ਦੀ ਉੱਥੇ ਲੈ ਲਈ ਕੁਰੂਕਸ਼ੇਤਰ ਯੂਨੀਵਰਸਿਟੀ 'ਚ, ਅਤੇ 2 ਸਾਲ ਉੱਥੇ ਔਰਾਗਰਦੀ ਕਰਦੇ ਰਹੇ, ਕਲਾਸ ਕਲੂਸ ਤਾਂ ਜਾਂਦੇ ਨਹੀਂ ਸੀ, ਤਾਨਪੁਰਾ ਰੱਖਿਆ ਸੀ ਆਪਣੇ ਕਮਰੇ 'ਚ, ਅਤੇ ਇਕਬਾਲ ਸਿੰਘ ਇੱਕ ਸਾਡਾ ਸਾਥੀ, ਹਾਂ ਅੱਜ ਕੱਲ੍ਹ ਗਵਰਨਰ ਹੈ ਉਹ, ਪਾਂਡੀਚੇਰੀ 'ਚ ਗਵਰਨਰ ਹੈਗੇ, ਹਾਂ ਹਾਂ ਹਾਂ, ਅਤੇ ਉਹ ਮੇਰੇ ਨਾਲ ਮੇਰਾ ਰੂਮਮੇਟ ਸੀ, ਤਬਲਾ ਵਜਾਉਂਦੇ ਹੁੰਦੇ, ਅਸੀਂ ਬੈਠੇ ਰਿਆਜ਼ ਕਰਦੇ ਰਹਿਣਾ, ਪ੍ਰੈਕਟਿਸ ਕਰਦੇ ਰਹਿਣਾ, ਸ਼ਾਮ ਨੂੰ ਔਰਗਰਦੀ ਕਰਨੀ, ਹਾਕੀ ਖੇਡ ਲੈਣੀ, ਕੁਛ ਖੇਡ ਲੈਣਾ, ਬਸ ਇੱਦਾਂ ਹੀ ਟਾਈਮ ਪਾਸ ਕਰਦੇ ਰਹੇ 2 ਸਾਲ। ਫਿਰ ਮੈਂ 1965 'ਚ ਡਿਸੀਜ਼ਨ ਲੈ ਲਿਆ ਕਿ ਹੁਣ ਸੀਰੀਅਸਲੀ ਇੱਕ ਮੋੜ ਲੈ ਲਓ ਕੋਈ ਵੀ ਲੈਣਾ ਜਿਹੜਾ, ਫਿਰ ਮੈਂ ਬੰਬਈ ਆ ਗਿਆ 65 'ਚ। ਗਮਜ਼ਦਾ ਹੋ ਗਈ ਜ਼ਿੰਦਗੀ ਮੇਰੀ, ਗੁਮ ਸੁਮ ਇਹ ਜਹਾਂ ਹੈ, ਹਮਦਮ ਤੂੰ ਕਹਾਂ ਹੈ, ਗਮਜ਼ਦਾ ਹੋ ਗਈ ਜ਼ਿੰਦਗੀ ਅਭੀ। ਸਾਡੀ ਸਾਰਿਆਂ ਦੀ ਖੁਸ਼ਕਿਸਮਤੀ ਤਾਂ ਤੁਸੀਂ ਇੱਕ ਨਵਾਂ ਰਾਹ ਗਜ਼ਲ 'ਚ ਲੱਭਿਆ, ਜਿਹੜੀ ਰਵਾਇਤੀ ਟ੍ਰੈਡੀਸ਼ਨਲ ਗਜ਼ਲ ਬੇਗਮ ਅਖਤਰ ਹੁਣੀ ਗਾਈ ਸੀ, ਉਹ ਤੋਂ ਬਾਅਦ ਜਿਹੜਾ ਤੁਸੀਂ ਰੂਪ ਦਿੱਤਾ ਉਹ 'ਚ ਇੱਕ, ਮੈਂ ਨੇੜਿਓਂ ਜਿੰਨਾ ਕੁ ਮੈਨੂੰ ਮਾੜੀ ਸੰਗੀਤ ਦੀ ਸਮਝ ਤਾਂ ਕੋਈ ਨਹੀਂ, ਤੁਹਾਡੀ ਸਿਲੈਕਸ਼ਨ ਆਫ ਪੋਇਟਰੀ ਇਜ਼ ਐਕਸਲੈਂਟ। ਸਿਲੈਕਸ਼ਨ ਤਾਂ ਦੇਖੋ ਮੈਂ ਆਪੇ ਕਰਦਾ, ਅਤੇ ਜਿਹੜੀ ਪੋਇਟਰੀ ਮੇਰੀ ਸਮਝ ਆਵੇ ਪਹਿਲੇ ਤਾਂ ਉਹ ਸਿਲੈਕਟ ਕਰਨੀ, ਜਿਹੜੀ ਚੀਜ਼ ਮੈਨੂੰ ਹੀ ਨਹੀਂ ਸਮਝ ਆਈ ਮੈਂ ਕੀ ਸਮਝਾਵਾਂਗਾ ਸਾਹਮਣੇ। ਅੱਛਾ ਸਮਝ ਉਹ ਆਏਗੀ ਜਿਹਦੀ ਜ਼ਬਾਨ ਸਾਦੀ ਹੋਏ, ਜਿਹੜੀ ਜ਼ਬਾਨ ਅਸੀਂ ਗੱਲਾਂ ਕਰਦੇ ਹਾਂ ਜਿਹੜੀ ਉਰਦੂ ਬੋਲੀ ਜਾਂਦੀ ਹੈ, ਉਸ ਜ਼ਬਾਨ 'ਚ ਅਗਰ ਕੋਈ ਪੋਇਟਰੀ ਹੋਏ
तो ज़्यादा मकबूल होएगी। बाकी मैं गज़ल नूं थोड़ा जिहा ना उहदा रूप बेसिक प्रिंसिपल तो ही गज़ल दे, क्योंकि राइटिंग तो तुसीं चेंज नहीं कर सकते, रदीफ कापियां मीटर उहदा रखना पएगा, डिसिपलिन उही है गज़ल राइटिंग दे। पर उहदा मैं ट्रीटमेंट जिहड़ा म्यूजिकल ट्रीटमेंट थोड़ा बदलता, वह मॉडर्न करता, उहनूं मोर डिसिपलिन करता गज़ल नूं। ये नहीं कि जिथे मर्जी तान मारी जाओ, जिथे मर्जी आ करी जाओ, जिनी मर्जी लाइन वधाई जाओ, जिहड़े मर्जी लफ्ज़ नूं खिंची जाओ, वो नहीं, डिसिपलिन करता, डिग्निफाइड करता, ताकि आ तुसी अगर सुनिया तो तुसी अस्थाई अंतरा सुन के हाँ समझ गए। ये नहीं कि एक अंतरा ही लाइन ही आधा आधा घंटा गाई जाते, हाँ हाँ वो ठीक है, वो भी अपनी जगह आर्ट है, पर वो अजकल दी लाइफ शो फिट नहीं बैठता। आज आने का वादा भुला कर, ना उम्मीदी की आंधी चला कर, आशियाना वफा जला कर।